ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਅਮਰੀਕਾ ਦੇ ਵਿੱਚ ਸਿੱਖਾਂ ਨੂੰ ਲੈ ਕੇ ਇੱਕ ਬਹੁਤ ਹੀ ਵਧੀਆ ਜਿਹੜੀ ਖਬਰ ਆਈ ਹੈਗੀ ਹੈ ਅਮਰੀਕਾ ਦੀਆਂ ਦੋ ਹੋਰ ਸਟੇਟਾਂ ਦੇ ਵਿੱਚ ਇਹ ਅਪਰੂਵ ਕਰ ਦਿੱਤਾ ਗਿਆ ਹੈਗਾ ਕਿ ਉਹਨਾਂ ਦੇ ਸਕੂਲਾਂ ਦੇ ਵਿੱਚ ਹੁਣ ਸਿੱਖ ਹਿਸਟਰੀ ਸਿੱਖ ਇਤਿਹਾਸ ਪੜਾਇਆ ਜਾਊਗਾ ਸੋ ਇਹ ਬਹੁਤ ਹੀ ਵਧੀਆ ਖਬਰ ਹੈਗੀ ਹੈ ਕਿਉਂਕਿ ਹੁਣ ਇਹ ਜਿਹੜੇ ਦਿਨ ਚੱਲ ਰਹੇ ਹੈਗੇ ਆ ਇਹਨਾਂ ਦਿਨਾਂ ਦਾ ਜੋ ਸਿੱਖ ਹਿਸਟਰੀ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਇਹ ਜਿਹੜੇ ਦਿਨ ਹੈਗੇ ਆ ਤੁਹਾਨੂੰ ਪਤਾ ਹੀ ਹੈਗਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਜਿਦਾ ਜਿਹੜੇ ਪਰਿਵਾਰ ਦਾ ਇਸੇ ਹੀ ਦਿਨਾਂ ਦੇ ਵਿੱਚ ਵਿਛੋੜਾ ਪਿਆ ਸੀਗਾ ਚਾਰਲਸ ਸਹਿਬ ਜਾਦੇ ਮਾਤਾ ਗੁਜਰਕੋਟ ਜੀ ਸ਼ਹੀਦ ਹੋਏ ਸਨ ਅਤੇ ਹੋਰ ਕਈ ਜਿਹੜੇ ਸਿੱਖ ਇਹਨਾਂ ਦਿਨਾਂ ਦੇ ਵਿੱਚ ਹੀ ਸ਼ਹੀਦ ਹੋਏ ਸਨ ਸੋ ਹੁਣ ਇਹ ਬਹੁਤ ਹੀ ਵਧੀਆ ਜਿਹੜੀ ਖਬਰ ਆਈ ਹੈ ਗਿਆ ਸਿੱਖਾਂ ਦੇ ਵਾਸਤੇ ਕਿਉਂਕਿ ਅਮਰੀਕਾ ਦੀਆਂ ਜਿਹੜੀਆਂ ਦੋ ਹੋਰ ਜਿਹੜੀਆਂ ਸਟੇਟਾਂ ਹੈਗੀਆਂ ਯੂਟਾ ਅਤੇ ਮਿਸਿਸਿਪੀ ਦੇ ਸਕੂਲਾਂ ਦੇ ਵਿੱਚ ਹੁਣ ਸਿੱਖਾਂ ਦੇ ਬਾਰੇ ਦੱਸਿਆ ਜਾਊਗਾ ਸਿੱਖ ਇਤਿਹਾਸ ਪੜਾਇਆ ਜਾਊਗਾ ਸਿੱਖ ਧਰਮ ਜੋ ਕਿ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਜਿਹੜਾ ਧਰਮ ਹੈਗਾ ਅਤੇ 125 ਸਾਲਾਂ ਤੋਂ ਸਿੱਖ ਅਮਰੀਕਾ ਦੇ ਵਿੱਚ ਅਲਗ-ਅਲਗ ਤਰੀਕਿਆਂ ਦੇ ਨਾਲ ਯੋਗਦਾਨ ਪਾ ਰਹੇ ਹੈਗੇ ਆ। ਸੋ ਜੇਕਰ ਸਿੱਖ ਬੱਚਿਆਂ ਦੀ ਗੱਲ ਕਰੀਏ ਤਾਂ ਸਕੂਲਾਂ ਦੇ ਵਿੱਚ ਸਿੱਖ ਬੱਚਿਆਂ ਦੇ ਨਾਲ ਬੁੱਲੀਂਗ ਕੀਤੀ ਜਾਂਦੀ ਹੈਗੀ ਆ। ਸਿੱਖ ਬੱਚੇ ਜਿਹੜੇ ਹੈਗੇ ਆ ਜੋ ਕਿ ਸਕੂਲਾਂ ਦੇ ਵਿੱਚ ਤੱਕੇਸ਼ਾਈ ਦਾ ਸ਼ਿਕਾਰ ਹੁੰਦੇ ਆ ਗਿਆ। ਸੋ ਇਸ ਬੁੱਲੀਂਗ ਨੂੰ ਰੋਕਣ ਦੇ ਵਾਸਤੇ ਅਮਰੀਕਾ ਦੇ ਵਿੱਚ ਕਈ ਜਿਹੜੀਆਂ ਸਿੱਖ ਜਥੇਬੰਦੀਆਂ ਸੰਸਥਾਵਾਂ ਜਿਹੜੀਆਂ ਹੈਗੀਆਂ ਜੋ ਕੰਮ ਕਰ ਰਹੀਆਂ ਹੈਗੀਆਂ। ਦਾ ਸਿੱਖ ਕੋਲੂਸ਼ਨ ਸੰਸਥਾ ਜਿਹੜੀ ਹੈਗੀ ਆ ਜੋ ਕਿ ਇਹਦੇ ਵਿੱਚ ਬਹੁਤ ਹੀ ਵੱਡਾ ਆਪਣਾ ਰੋਲ ਅਦਾ ਕਰ ਰਹੀ ਹੈਗੀ ਆ। ਕਿਉਂਕਿ ਜੇਕਰ ਤੁਸੀਂ ਯੂਐਸਏ ਦੇ ਵਿੱਚ ਜਿਹੜੇ ਸਿੱਖ ਬੱਚੇ ਜਿਹੜੇ ਹੈਗੇ ਆ ਜੇਕਰ ਉਹਨਾਂ ਦੇ ਨਾਲ ਜਿਹੜੀ ਬੁੱਲਿੰਗ ਹੋ ਰਹੀ ਹੈਗੀ ਹੈ ਉਹਨੂੰ ਰੋਕਣਾ ਹੈਗਾ ਤਾਂ ਇੱਥੋਂ ਦੇ ਬੱਚਿਆਂ ਨੂੰ ਅਮਰੀਕਨ ਲੋਕ ਜਿਹੜੇ ਹੈਗੇ ਆ ਉਹਨਾਂ ਨੂੰ ਸਿੱਖ ਧਰਮ ਦੇ ਬਾਰੇ ਜਾਣੂ ਕਰਾਉਣਾ ਪਊਗਾ ਸਿੱਖ ਇਤਿਹਾਸ ਦੇ ਬਾਰੇ ਦੱਸਣਾ ਪਊਗਾ ਸੋ ਇਹ ਜਿਹੜਾ ਬੇੜਾ ਜਿਹੜਾ ਉਠਾਇਆ ਹੈਗਾ ਇਸ ਸੰਸਥਾ ਨੇ ਇਹ ਬਹੁਤ ਹੀ ਵੱਡੀ ਜਿਹੜੀ ਇਹਨਾਂ ਦੀ ਜਿੱਤ ਹੈਗੀ ਹੈ ਅੱਜ ਤੱਕ ਕਰ 16 ਸਟੇਟਾਂ ਦੇ ਵਿੱਚ ਇਹਨਾਂ ਨੇ ਅਪਰੂਵਲ ਲੈ ਲਿਆ ਹੈਗਾ 16 ਸਟੇਟਾਂ ਦੇ ਵਿੱਚ ਜਿਹੜੇ ਸਕੂਲ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਹੁਣ ਸਿੱਖ ਇਤਿਹਾਸ ਜਿਹੜਾ ਪੜਾਇਆ ਜਾਊਗਾ ਸੋ 16 ਜ ਟੈਕਸਸ ਨਿਊਯਾਰਕ ਕੈਲੀਫੋਰਨੀਆ ਆਇਡਾਹੂ ਟੈਨਸੀ ਕੋਲੋਰਾਡੋ ਅਰੀਜ਼ੋਨਾ ਓਕਲਾਹੋਮਾ ਮਿਚੀਗਨ ਨਾਰਥ ਡੈਕੋਟਾ ਨੈਬਰਾਸਕਾ ਇੰਡੀਆਨਾ ਕੈਂਸਸ ਅਤੇ ਦੋ ਨਵੀਆਂ ਜਿਹੜੀਆਂ ਸਟੇਟਾਂ ਹੈਗੀਆਂ ਯੂਟਾ ਅਤੇ ਮਿਸਿਸਿਪੀ ਇਨ੍ਹਾਂ ਸਟੇਟਾਂ ਦੇ ਜਿਹੜੇ ਸਕੂਲ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਹੁਣ ਸਿੱਖ ਇਤਿਹਾਸ ਜਿਹੜਾ ਹੈਗਾ ਉਹ ਪੜਾਇਆ ਜਾਊਗਾ ਸੋ ਹੁਣ ਲਗਭਗ 24 ਮਿਲੀਅਨ ਸਟੂਡੈਂਟ ਜਿਹੜੇ ਹੈਗੇ ਆ ਜੋ ਕਿ ਸਿੱਖ ਇਤਿਹਾਸ ਦੇ ਬਾਰੇ ਸਿੱਖਾਂ ਦੇ ਬਾਰੇ ਜਾਣਕਾਰੀ ਲੈਪ ਹੋਣਗੇ ਸੋ ਇਹ ਬਹੁਤ ਹੀ ਵਧੀਆ ਖਬਰ ਹੈਗੀ ਐ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ